ਸ਼ੀਗਲ ਮੈਮ ਅਸਕਲ ਜੀ ਪਹਿਲੇ ਤੇ ਬਹੁਤ ਮੁਬਾਰਕ ਤੁਹਾਨੂੰ ਤੁਹਾਡੇ ਨਵੇਂ ਗੀਤ ਸੱਚੀ ਸੱਚੀ ਦੇ ਲਈ ਥੈਂਕ ਯੂ ਸੋ ਮਚ ਜੀ ਸੋ ਮੈਮ ਅਗਰ ਜਾਨਣਾ ਚਾਹੀਏ ਇਸ ਗੀਤ ਦੇ ਬਾਰੇ ਤਾਂ ਕੀ ਸਟੋਰੀ ਦੀ ਸਟੋਰੀ ਹੈ ਸਟੋਰੀ ਤਾਂ ਯੂਟਿਊਬ ਦੇ ਉੱਪਰ ਆ ਗਿਆ ਤੁਸੀਂ ਦੇਖੋਗੇ ਤੇ ਬੜੀ ਸੋਹਣੀ ਸਟੋਰੀ ਬਣਾਈ ਹੈ ਸਾਡੇ ਡਾਇਰੈਕਟਰ ਹਨਾ ਸਨਮ ਜੀ ਨੇ ਤੇ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ ਫਸਟ ਟਾਈਮ ਮੈਂ ਗਾਣਾ ਕਰਿਆ ਬਟ ਉਹ ਬਹੁਤ ਮੈਨੂੰ ਸੁਲਝੇ ਹੋਏ ਲੱਗੇ ਜਿਨ੍ਹਾਂ ਨੂੰ ਪਤਾ ਸੀ ਅਸੀਂ ਕਰਨਾ ਕੀ ਹੈ ਅਦਰਵਾਈਜ਼ ਕੀ ਹੁੰਦਾ ਜਦੋਂ ਫਸਟ ਟਾਈਮ ਤੁਸੀਂ ਕਿਸੇ ਡਾਇਰੈਕਟਰ ਨਾਲ ਕੰਮ ਕਰਦੇ ਹੋ ਤਾਂ ਕਨਫਿਊਜ਼ ਹੀ ਹੋਏ ਰਹਿੰਦੇ ਅਸੀਂ ਕਰਨਾ ਕੀ ਹੈ ਸੋ ਉਹਨਾਂ ਦੇ ਜਿਹੜੇ ਥੋਟ ਸੀ ਬੜੇ ਕਲੀਅਰ ਸੀ ਜਿਹਦੇ ਕਰਕੇ ਸਾਡਾ ਜਿਹੜਾ ਗਾਣਾ ਬਹੁਤ ਜਲਦੀ ਅਤੇ ਬਹੁਤ ਸੋਹਣਾ ਬਣ ਗਿਆ ਗੱਲ ਕਰੀਏ ਜੇ ਅਗਰ ਆਪਾਂ ਟੀਮ ਵਰਕ ਦੀ ਤਾਂ ਜਦ ਆਪਾਂ ਇਹ ਸੌਂਗ ਸ਼ੂਟ ਕਰ ਰਹੇ ਸੀ ਤਾਂ ਟੀਮ ਵਰਕ ਦੀ ਪਰਫਾਰਮੈਂਸ ਕਿੱਦਾਂ ਦੀ ਸੀ ਜਾਂ ਤੁਹਾਨੂੰ ਮਤਲਬ ਉਹ ਸਾਰਾ ਜਿਹੜਾ ਵਰਕ ਪਰਫਾਰਮ ਹੋ ਰਿਹਾ ਸੀ ਤਾਂ ਕਿੱਦਾਂ ਦਾ ਉਹ ਟਾਈਮ ਸਪੈਂਡ ਹੋਇਆ ਦੇਖੋ ਮੇਨ ਜਿਹੜੀ ਫਸਟ ਗੱਲ ਆਉਂਦੀ ਹੈ ਟੀਮ ਵਰਕ ਹੀ ਆਉਂਦਾ ਹੈ ਨਾ ਇੱਕ ਗਾਣਾ ਲਿਖਣ ਤੋਂ ਲੈ ਕੇ ਪਹਿਲਾਂ ਰਾਈਟਰ ਨੂੰ ਲੱਗਦਾ ਕਿ ਇਹਦਾ ਕੀ ਕੰਫਰਟੇਬਲ ਜ਼ੋਨ ਆ ਹੈ ਨਾ ਸਿੰਗਰ ਦਾ ਫਿਰ ਇੱਕ 뮤직 ਦੀ ਗੱਲ ਕਰੀਏ ਤਾਂ 뮤직 ਡਾਇਰੈਕਟਰ ਨੂੰ ਲੱਗਦਾ ਕਿ ਇਹਨੂੰ ਮੈਂ ਕਿੱਥੋਂ ਗਵਾਉਣਾ ਜੀ ਦੈਨ ਫਿਰ ਆ ਜਾਂਦਾ ਵੀਡੀਓ ਫਿਰ ਉਹਨੂੰ ਪਤਾ ਹੁੰਦਾ ਮੈਂ ਇਹਨੂੰ ਕਿੱਥੇ ਯੂਜ਼ ਕਰਨਾ ਮੈਂ ਇਹਦੀ ਐਕਟਿੰਗ ਯੂਜ਼ ਕਰਨੀ ਹੈ ਮੈਂ ਇਹਦਾ ਕੀ ਚੀਜ਼ ਇਹਦੀ ਹੈ ਜਿਹੜੀ ਕੈਚੀ ਹੈ ਹੈ ਨਾ ਉਹ ਸਾਰਾ ਟੀਮ ਵਰਕ ਨਾਲ ਹੀ ਹੁੰਦਾ ਸਾਡੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਚਾਹੇ 뮤직 ਨੂੰ ਲੈ ਲਓ ਚਾਹੇ ਲਿਰਿਕਸ ਨੂੰ ਲੈ ਲਓ ਚਾਹੇ ਵੀਡੀਓ ਨੂੰ ਲੈ ਲਓ ਸੋ ਸਾਰਾ ਜਿਹੜਾ ਪ੍ਰੋਜੈਕਟ ਆ ਉਹ ਵਧੀਆ ਬਣਿਆ ਸੋ ਮੈਮ ਚਾਰ ਲਾਈਨਾਂ ਉਸ ਗੀਤ ਦੀਆਂ ਹਾਂਜੀ ਹੋਰ ਕਿੰਨੀਆਂ ਫਸਾਈਆਂ ਮਾਰ ਮਿੱਠੀਆਂ ਪਟਾਈਆਂ ਗੋਲ ਗੱਪਿਆਂ ਤੇ ਲਾਈਆਂ ਦੱਸੀ ਸੱਚੀ ਸੱਚੀ ਚੱਲੇ ਵੇਟਿੰਗ 'ਚ ਫੋਨ ਗੱਲ ਕਰਦੀ ਆ ਕੌਣ ਉਹਦੀ ਭੰਨਣੀ ਮੈਂ ਤਾਂ ਦੱਸੀ ਸੱਚੀ ਸੱਚੀ ਬਹੁਤ ਖੂਬ ਮੈਮ ਜਿੰਨੇ ਸੋਹਣੇ ਤੁਸੀਂ ਹੋ ਉਹਨਾਂ ਸੋਹਣਾ ਤੁਸੀਂ ਗਾਇਆ ਆ ਔਰ ਬੈਸਟ ਵਿਸ਼ਿਸ ਸਾਡੀ ਟੀਮ ਵੱਲੋਂ ਤੁਹਾਡੇ ਲਈ ਤੁਹਾਡੇ ਇਸ ਗੀਤ ਦੇ ਲਈ ਸਾਨੂੰ ਬਜਾਜ ਜੀ ਵੱਲੋਂ ਕੀਤੇ ਗਏ ਇਸ ਡਾਇਰੈਕਸ਼ਨ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਦੇ ਲਈ ਔਰ ਮੈਨੀ ਕੰਗਰੈਚੁਲੇਸ਼ਨਸ ਫੋਰ ਦਾ ਫਿਊਚਰ ਐਂਡ ਸਟੇ ਹੈਲਦੀ ਆਲਵੇਜ਼ ਥੈਂਕ ਯੂ ਸੋ ਵੈਰੀ ਮੱਚ